ਸਾਂਭ ਜਾ ਲਾਲਾ ਜੀ ਉਹਨੇ ਚਾਰ ਜੇ ਨਾ ਮੈਂ ਇੱਥੇ ਕੋਈ ਇੰਟਰਵਿਊ ਹੋਣ ਵਾਸਤੇ ਬੈਠਾ ਅੱਛਾ ਚਲੋ ਦਿਖਾ ਦਿਓ ਹੁਣ ਲਾਲਾ ਜੀ ਨਾ ਨਾ ਕਹਿ ਸਰ ਮੇਰੇ ਭਾਈ ਯੂਸਫ ਅੱਛਾ ਹਾਂ ਯੂਸਫ ਸਾਹਿਬ ਆਪਣਾ ਸ਼ਾਦੀ ਸ਼ੁਦੀ ਸਹੀ ਹੋਈ ਹੈ ਆਪਣੀ ਕੋਈ ਨਾ ਯਾਰ ਸ਼ਾਦੀ ਕਹਿ ਨਹੀਂ ਸਹੀ ਮੁਬਾਰਕ ਹੋਵੇ ਤੇ ਮਾਲ ਖੁਸ਼ ਕਿਸਮਤ ਆਦਮੀ ਹੋ ਉਹ ਕੀ ਵੇ ਹੈ ਦੇਖੋ ਵੀ ਸ਼ਾਦੀ ਦਾ ਅਜ਼ਾਬ ਹੈ ਗੱਲ ਦਾ ਸਹੀ ਨਹੀਂ ਕਹਿ ਰਹੇ ਤਾਂ ਸ਼ਾਦੀ ਅਜ਼ਾਬ ਹੀ ਵੇ ਖਰਚੇ ਖਰਚੇ ਹਾਂ ਠੀਕ ਉਹ ਆਦੇ ਨੇ ਇਹ ਉਹ ਮੇਵਾ ਹੈ ਜਿਹਨੇ ਖਾਦੇ ਉਹੀ ਪਛਤਾਏ ਜਿਹਨੇ ਨਹੀਂ ਖਾਦਾ ਉਹੀ ਪਛਤਾਏ ਯਾਰ ਮੈਂ ਤੈਨੂੰ ਇੱਕ ਗੱਲ ਦੱਸਾਂ ਜੀ ਟੋਰਨ ਵਾਲੀ ਕਰ ਜ਼ਰਾ ਟੋਰਨ ਵਾਲੀ ਟੁੱਟਦਾ ਪਿਆ ਟੁੱਟਦਾ ਪਿਆ ਮੈਂ ਖੜਾ ਤਾਂ ਤੱਕ ਮੋਢੇ ਵਿੱਚ ਆ ਕੇ ਬਾਈ ਪਵਾਂ ਅੱਛਾ ਇੱਦਾਂ ਐਸਨ ਕਲੋਨੀ ਖੈਰ ਹੈ ਕੰਮ ਕਿਆ ਹੈ ਯਾਰ ਇੱਥੇ ਇੱਕ ਬੰਦੇ ਕੁਛ ਅੱਡੇ ਉਹ ਘਰ ਦਿਖਾਉਣਾ ਅੱਛਾ ਉਹ ਪ੍ਰਾਪਰਟੀ ਵਾਲਾ ਹਾਂ ਹਾਂ ਦੇਰ ਤਾਂ ਨਾ ਲੱਗੀ ਜ਼ਿਆਦਾ ਜ਼ਿਆਦਾ ਦੇਰ ਤਾਂ ਨਾ ਲੱਗੀ ਬਸ ਇਹਨੇ 10 ਮਿੰਟ ਲਗਾ ਮੈਂ 5 ਮਿੰਟ ਅੱਛਾ 10 ਮਿੰਟ ਮੈਂ ਇਵੇਂ ਖੜਾ ਰਹਾ ਸਾਂ ਯੂਸਫ ਸਾਹਿਬ ਇਵੇਂ ਨਾ ਕਰੋ ਯਾਰ ਤੂੰ ਥੋੜ੍ਹਾ ਜਿਹਾ ਇੰਤਜ਼ਾਰ ਕਰ ਗਿਨਾ ਅੱਛਾ ਇਹ ਦੱਸੋ ਪ੍ਰਾਪਰਟੀ ਦੇ ਕੰਮ ਗੁਜ਼ਾਰਾ ਸੀ ਇਹਨੇ ਘਰ ਦਾ ਹਾਂ ਚਲੋ ਭਾਈ ਚਲੋ ਯਾਰ ਤੂੰ ਬਾਹਰ ਦਾ ਆਖਿਆ ਹੀ ਅੱਛਾ ਯਾਰ ਇਹ ਥੋੜ੍ਹਾ ਜਿਹਾ ਕੋ ਟੋਰ ਨਜ਼ਰਾ ਪਹਿਲੇ ਇਵੇਂ ਹੀ ਆਦਨ ਯਾਰ ਥੋੜ੍ਹਾ ਜਿਹਾ ਕੋ ਆਦਨ ਵੱਲ ਇਹ ਪਤਾ ਨਹੀਂ ਕਿੱਥਾਂ ਗਏ ਨੇ ਇਹਨਾਂ ਅੱਛਾ ਵੱਲ ਮੈਂ ਇਥੇ ਜਰਾ ਘਰ ਲਿਖਾ ਆਓ ਅੰਦਰ ਹਾਂ ਤੁਸੀਂ ਲਿਖਾਈ ਆਓ ਲਿਖਾਈ ਆਓ ਰੋ ਕੀ ਖੜੇ ਰਿਕਸ਼ੇ ਕੋਈ ਆਮ ਰਿਕਸ਼ਾ ਕੋਈ ਨੀ ਆਮ ਰਿਕਸ਼ਾ ਦਿਖਾਓ ਹੁਣ ਇਹਦੇ ਚ ਪਹਿਲੇ ਤਾਂ ਜਹਾਜ਼ ਵਾਲਾ ਇੰਜਣ ਲਵਾਉ ਵਾਲੀਪੁਰ ਆਉ ਮਿਹਰਬਾਨੀ ਕਰਕੇ ਗਾਵਣਾ ਸੁਣਾਓ ਤੁਹਾਡੀ ਮਿਹਰਬਾਨੀ ਦੇਖੋ ਤਾਕੂ ਕਸਮ ਲੱਗੀ ਸੁਣਾਓ ਇਹ ਗਾਲ ਯਾਰ ਇੱਕ ਬੰਦਾ ਫਨਕਾਰ ਹੋਵੇ ਇਹ ਫਨਕਾਰ ਕੌਮ ਦੀ ਅਮਾਨਤ ਆਉਂਦੇ ਵੇ ਸਮਝਦੇ ਪਿਓ ਜੀ ਜੀ ਸੁਣਾਓ ਸਾਗੂ ਗਾਉਣਾ ਸੁਣਾਓ ਸਾਗੂ ਸਾਨੂੰ ਮਿਲੇ ਚੱਲ ਨਾਲ ਵੇ ਬਹੁ ਸੋਹਣੀ ਗੱਡੀ ਵਾਲਿਆ ਸਿਰ ਦਰਦ ਵਾਲੀ ਗੋਲੀ ਤਾਂ ਗਿਣਨ ਨਹੀਂ ਮੇਰੀ ਸੀ ਕੀ ਸਿਰ ਦਰਦ ਹੁਣ ਤੂੰ ਮੇਰਾ ਆਪਣਾ ਸਿਰ ਦਰਦ ਬਣਾ ਬੈਠਾ ਚੱਲਣ ਵਾਲੀ ਕਰ ਪਾਰਟੀ ਮੁਲਤਾਨ ਦੀ ਹੈ ਕੋਈ ਨਾ ਲਾਹੌਰ ਦੀ ਪਾਰਟੀ ਹੈ ਅੱਲਾ ਦੇ ਬੰਦਿਆ ਇਹ ਹੁੰਦੀ ਹੈ ਕਮਿਟਮੈਂਟ ਸਾਰੀ ਗੱਲ ਕਮਿਟਮੈਂਟ ਦੀ ਹੁੰਦੀ ਹੈ ਮੇਰਾ ਕੀ ਕਸੂਰ ਹੈ ਜੀ ਮੈਂ ਤਾਂ ਗਿਣ ਕੇ ਆਇਆ ਹੁਣ ਟ੍ਰੈਫਿਕ ਜੋ ਹੀ ਹੈ ਮੁਲਤਾਨ ਦੀ ਨੇ ਸਾਰੇ ਕੀ ਕਸੂਰ ਸਵੇਰੇ ਸਵੇਰੇ ਗੰਦਾ ਬੰਦਾ ਮੱਥੇ ਲੱਗਿਆ ਅੱਲਾ ਦੀ ਕਸਮ ਸਾਰੇ ਸਿਰੇ ਦਰਦ ਦੀ ਸਾਗੂ ਗੋਲੀ ਜਿਵੇਂ ਗਿਣਾ ਕੇ ਦਿੱਤੀ ਮਤਲਬ ਤੂੰ ਤੁਹਾਡਾ ਕੰਮ ਇਵੇਂ ਹੀ ਥੀਵਣਾ ਆਈ ਦੇਖੋ ਮੈਂ ਜ਼ਹਿਰ ਦੀ ਗੋਲੀ ਕਹਿੰਦਾ ਵਾ ਓ ਭਾਈ ਜਾਨ ਹੈ ਦੇਖੋ ਮੈਂ ਜ਼ਹਿਰ ਦੀ ਗੋਲੀ ਕਹਿੰਦਾ ਵਾ ਜ਼ਹਿਰ ਦੀ ਗੋਲੀ ਮੈਂ ਬੋਲੇ ਤੋ ਇਹ ਕੀ ਕਰਾਂ ਲਾਲ ਜੀ ਤੁਹਾਡੇ ਇਨਸਾਨੀਅਤ ਨਾਂ ਦੀ ਕੁਛ ਹੈ ਹੇ ਕੋਈ ਨਾ ਵੈਸੇ ਨਰਾਜ਼ ਨਾ ਥੀਵੇ ਲਾਲ ਜੀ ਤੁਸੀਂ ਜਿਹੜੇ ਵੇਲੇ ਤੇ ਬੈਠੇ ਹੋ ਤੁਸੀਂ ਮੇਰੇ ਕੋ ਤੰਗ ਕਰਨ ਲੱਗੇ ਹੋ ਯਾਰ ਇੱਕ ਮਜ਼ਦੂਰ ਆਦਮੀਆਂ ਗਰੀਬ ਆਦਮੀਆਂ ਤੁਹਾਡੇ ਮਾਸ਼ਾਅੱਲਾ ਡੂਡੂ ਕੰਮ ਮੈਨੂੰ ਪ੍ਰਾਪਰਟੀ ਦਾ ਕੰਮ ਹੀ ਕਰ ਰਹੇ ਹੋ ਬੈਂਕ 'ਚ ਨੌਕਰੀ ਕਰ ਰਹੇ ਹੋ ਹੈਂ ਤੁਸੀਂ 90 ਰੁਪਇਆ ਸਾਰਾ ਮੁਕਾਏ ਹੁਣ ਦੇਖੋ ਅੱਧਾ ਘੰਟਾ ਆਉਣ ਲੱਗ ਗਏ ਹੁਣ ਅੱਧਾ ਘੰਟਾ ਸਾਗੂ ਲੱਗੀ ਪਏ ਨੇ ਗੱਲ ਇਹ ਸੀ ਦੀਦੀ ਪਈ ਗੱਲ ਇਹ ਸੀ ਦੀਦੀ ਪਈ ਇਹ ਕਿ ਕੈਬ ਬੰਦੇ ਨੂੰ ਅਗਰ ਕੋਈ ਟਾਈਮ ਦੇਵੇ ਨਾ ਬੰਦਾ ਤੇ ਉੱਥੇ ਟਾਈਮ